केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਫਾਜ਼ਿਲਕਾ ਨਗਰ ਸੁਧਾਰ ਟਰੱਸਟ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੱਕੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ, ਜਦੋਂ ਕਿ ਕੱਚੇ ਕਰਮਚਾਰੀ ਹਾਜ਼ਰ ਮਿਲੇ। ਅਸਿਸਟੈਂਟ ਕਮਿਸ਼ਨਰ ਜਨਰਲ ਓਮ ਪ੍ਰਕਾਸ਼ ਨੇ ਇਸ ਛਾਪੇਮਾਰੀ ਨੂੰ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੇ ਸਟਾਫ ਦੇ ਗੈਰ ਹਾਜ਼ਰ ਰਹਿਣ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਕਾਫ਼ੀ ਲੰਬੇ ਸਮੇਂ ਤੋਂ ਮਿਲ ਰਹੀਆਂ ਸਨ, ਜਿਸ ਦੇ ਚੱਲਦੇ ਉਹਨਾਂ ਨੇ ਇਸ ਛਾਪੇਮਾਰੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਸ਼ਾਮ 4 ਵਜੇ ਜਦੋਂ ਅਸਿਸਟੈਂਟ ਕਮਿਸ਼ਨਰ ਜਨਰਲ ਦੁਆਰਾ ਇੱਥੇ ਅਚਾਨਕ ਚੈਕਿੰਗ ਕੀਤੀ ਗਈ ਤਾਂ ਇੱਕ ਕਲਰਕ, ਇੱਕ EO, ਇੱਕ JEE, ਜਿਨ੍ਹਾਂ ਦੇ ਕੋਲ ਐਡੀਸ਼ਨਲ ਚਾਰਜ ਹੈ, ਗੈਰ ਹਾਜ਼ਰ ਪਾਏ ਗਏ। ਇਸ ਛਾਪੇਮਾਰੀ ਦੌਰਾਨ ਜਦੋਂ ਇੱਥੇ ਪਹੁੰਚੇ ਅਸਿਸਟੈਂਟ ਕਮਿਸ਼ਨਰ ਜਨਰਲ ਨੇ ਸਟਾਫ ਦੀ ਹਾਜ਼ਰੀ ਰਜਿਸਟਰ ਮੰਗਿਆ ਤਾਂ ਉਹ ਹਾਜ਼ਰੀ ਰਜਿਸਟਰ ਪੇਸ਼ ਨਹੀਂ ਕਰ ਪਾਏ, ਜਿਸ 'ਤੇ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਨਜ਼ਰ ਆਇਆ। ਬਾਅਦ ਵਿੱਚ ਹਾਜ਼ਰ ਸਟਾਫ ਤੋਂ ਪੁੱਛਗਿੱਛ ਵਿੱਚ ਪਤਾ ਚੱਲਿਆ ਕਿ ਰਜਿਸਟਰ ਅਲਮਾਰੀ ਵਿੱਚ ਪਿਆ ਹੈ, ਜਿਸ ਤੋਂ ਇਹ ਪਤਾ ਨਹੀਂ ਚੱਲ ਸਕਿਆ ਕਿ ਹਾਜ਼ਰੀ ਇਸ ਰਜਿਸਟਰ ਵਿੱਚ ਕਿਸ ਤਰ੍ਹਾਂ ਲੱਗੀ ਹੈ। ADC ਨੇ ਦੱਸਿਆ ਕਿ ਉਕਤ ਮਾਮਲੇ ਦੀ ਕਾਰਵਾਈ ਲਈ ਰਿਪੋਰਟ DC ਮਨਪ੍ਰੀਤ ਸਿੰਘ ਨੂੰ ਭੇਜਾਂਗੇ, ਜਿਸ ਤਰ੍ਹਾਂ DC ਸਾਹਿਬ ਕਹਿਣਗੇ ਉਸ ਤਰ੍ਹਾਂ ਕਾਰਵਾਈ ਕੀਤੀ ਜਾਏਗੀ। ਫਾਜ਼ਿਲਕਾ ਤੋਂ ਸੁਰਿੰਦਰਜੀਤ ਸਿੰਘ ਦੀ ਰਿਪੋਰਟ। ਅੱਜ ਮੇਰੇ ਵੱਲੋਂ 4 ਵਜੇ ਚੈੱਕ ਕੀਤਾ ਗਾ ਕੰਪਨੀ ਟਰੱਸਟ ਦਫ਼ਤਰ, ਉਹਦੇ ਵਿੱਚ ਇੱਕ ਕਲਰਕ, ਇੱਕ EO, ਇੱਕ JEE, ਇਹਨਾਂ ਕੋਲ ਐਡੀਸ਼ਨਲ ਚਾਰਜ ਹੈ, ਇਹ ਗੈਰ ਹਾਜ਼ਰ ਪਾਏ। ਅਤੇ ਹਾਂ, ਤਿੰਨਾਂ ਕੋਲ ਐਡੀਸ਼ਨਲ ਚਾਰਜ ਹੈ। ਜਿਹੜਾ ਹੁਣ ਗੈਰ ਹਾਜ਼ਰ ਦਾ ਜਿਹੜਾ ਹਾਈ ਰਜਿਸਟਰ ਹੈ, ਜਿਹੜਾ ਮੁੰਡੇ ਕੋਲ ਹਾਈ ਰਜਿਸਟਰ ਹੈਗਾ, ਉਹ ਵੀ ਅੱਜ ਹੈ ਨਹੀਂ, ਅਤੇ ਹਾਈ ਰਜਿਸਟਰ ਉਹਦੀ ਅਲਮਾਰੀ ਦੇ ਵਿੱਚ ਹੈ, ਜਿਸ ਕਰਕੇ ਪਤਾ ਨਹੀਂ ਲੱਗ ਸਕਿਆ ਵੀ ਤੁਹਾਡੇ ਗੈਰ ਹਾਜ਼ਰ। ਮੰਗਲਵਾਰ ਨੂੰ ਮੈਨੂੰ ਦੱਸਿਆ ਗਿਆ ਵੀ ਪਿਛਲੇ ਮੰਗਲਵਾਰ ਪਰਸੋਂ ਮਤਲਬ ਆਇਆ ਸੀਗਾ। ਉਸ ਤੋਂ ਬਾਅਦ ਇਹ ਮੈਂ DC ਸਾਹਿਬ 'ਤੇ ਪੇਸ਼ ਕਰੂੰਗਾ ਜਿਹੜੀ ਰਿਪੋਰਟ ਆਪਣੀ, ਅਤੇ ਜੋ ਫੈਸਲਾ ਕਰਨਗੇ। ਤੁਸੀਂ ਚੈਕਿੰਗ ਕਿਵੇਂ ਕੀਤੀ ਫਿਰ? ਮਤਲਬ ਕੋਈ ਮੇਰੇ ਕੋਲ ਸੂਚਨਾ ਮਿਲੀ ਸੀਗੀ ਵੀ ਸਾਰਾ ਸਟਾਫ ਗੈਰ ਹਾਜ਼ਰ ਰੱਖਦਾ, ਇਸ ਲਈ ਮੈਂ ਇਹ ਰੇਡ ਮਾਰੀ। ਉਹ DC ਸਾਹਿਬ 'ਤੇ ਨਿਰਭਰ ਕਰਦਾ, ਕਿਉਂਕਿ DC ਸਾਹਿਬ ਦੇ ਚੇਅਰਮੈਨ ਵੀ ਨੇ। ਠੀਕ ਹੈ, ਮੈਂ ਰਿਪੋਰਟ ਪੇਸ਼ ਕਰਾਂਗਾ, ਜਿਸ ਤਰ੍ਹਾਂ ਦੀ ਉਹ ਆਰਡਰ ਕਰਨਗੇ ਉਸ ਤਰ੍ਹਾਂ ਬਤਾਓ ਕਰਨਗੇ। ਇਹੀ ਜੋ ਮੈਂ ਚੈੱਕ ਕੀਤਾ ਕਿ ਕਿਹੜੇ ਬੰਦੇ ਗੈਰ ਹਾਜ਼ਰ ਨੇ, ਕਿਹੜੇ ਹਾਜ਼ਰ ਨੇ, ਉਹਦੇ ਬਾਰੇ ਅਸੀਂ ਰਿਪੋਰਟ DC ਸਾਹਿਬ ਨੂੰ ਪੇਸ਼ ਕਰਦੇ ਹਾਂ, ਬਾਕੀ ਫੈਸਲਾ DC ਸਾਹਿਬ ਕਰਨਗੇ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।